आप देख रहे हैं एपीएन। जो बोले सो निर्भय सतगुरुदास महाराज की जय। सतगुरुदास महाराज जी दे 645वें जन्म दिवस ते समूह संगत पिंड नंगल करारखां वलों नगर कीर्तन शोभा यात्रा बड़ी शौन संगत नाल पिंड दे सहयोग बाहरले संगतां दे सहयोग नाल मनाया जा रहा है। आप सब नूं नगर निवासियां नूं विदेशां विच बैठियां संगतां नूं सारयां नूं लख लख वधाई होवे। जो बोले सो निर्भय सतगुरुदास महाराज की जय। हाँ जी, तुसीं देखिया कि किन्ना उत्साह नज़र आ रहा है और असीं देखांगे होर भी झाकियां दिखावांगे बहुत सोहनी सोहनी झाकियां जिहड़ियां बनियां। ਕਿੰਨਾ ਉਤਸ਼ਾਹ ਆ ਰਿਹਾ ਜੋਗੀ ਵਿੱਚ ਦੇਖੇਗਾ ਉਹਨਾਂ ਬੱਚਾ ਕੇ ਰਵਿੰਦਰ ਮਹਾਰਾਜ ਦੇ ਵਿੱਚ। ਜੈ ਗੁਰਦੇਵ, ਧੰਨ ਗੁਰਦੇਵ। ਅੱਜ ਬੜੇ ਹੀ ਖੁਸ਼ੀ ਦਾ ਦਿਹਾੜਾ ਹੈ ਕਿ ਅੱਜ ਸਾਡੇ ਰਹਿਬਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਦਾਸ ਮਹਾਰਾਜ ਜੀ ਦਾ 645ਵਾਂ ਜਨਮ ਦਿਨ ਜਿੱਥੇ ਦੇਸਾਂ ਵਿਦੇਸਾਂ ਦੀ ਧਰਤੀ ਦੇ ਉੱਤੇ ਮਨਾਇਆ ਜਾ ਰਿਹਾ ਹੈ। ਉਸੇ ਤਰ੍ਹਾਂ ਸਾਡੇ ਪਿੰਡ ਨੰਗਲਾ ਖਰਾਖਾਂ ਦੇ ਵਿੱਚ ਵੀ ਮਨਾਇਆ ਜਾ ਰਿਹਾ। ਅੱਜ ਵਿਸ਼ਾਲ ਸ਼ੋਭਾ ਯਾਤਰਾ, ਵਿਸ਼ਾਲ ਨਗਰ ਕੀਰਤਨ ਜੋ ਕਿ ਅੱਜ ਪਰਿਕਰਮਾ ਕਰ ਰਿਹਾ ਹੈ, ਉਹ ਜਿੰਨੀਆਂ ਵੀ ਸਮੂਹ ਸੰਗਤਾਂ ਦੇਸਾਂ ਵਿਦੇਸਾਂ ਦੀਆਂ ਸੰਗਤਾਂ ਐਨ ਆਰ ਆਈ ਸੰਗਤਾਂ ਸਾਰੀਆਂ ਸੰਗਤਾਂ ਨੂੰ ਅੱਜ ਜਨਮ ਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਦਾਸ ਮਹਾਰਾਜ ਜੀ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਔਰ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ, ਹਰ ਮਨ ਪਾਤੇ ਬਖਸ਼ੇ। ਜੈ ਗੁਰਦੇਵ, ਧੰਨ ਗੁਰਦੇਵ। देखो अज शहनशाह सतगुरु अरदास महाराज जी का 645वां गुरपुरब जो सारे वर्ल्ड दे विच मनाया जा रहा और संगत हुम हुमा के अपने घर चो निकल के शोभा यात्रा की संगत सब बना रही हैं। असी बड़े ही खुश हैं, इलाका निवासी पिंड निवासी होर बाहरों भी सज्जन बहुत आए हैं तो असी उन्हों का भी धन्यवाद करते हैं। परमात्मा आप चाहते कि दोबारा यही जी किसी के ग्रुप ही ना आवे तो चलो पिछली बार नहीं मनाया कोई गल नहीं, इस बार संगत बड़े तय दिलों खुश हो के अपने अपना फर्ज निभा रही हैं। सतगुर का जन्मदिन 645वां मनाया जाता, कोरोना के टाइम तो कुछ होर तरीके मनाया गया तो मेरे मालक की कोई है जी इदा का कोई बीमारी आ गई तो सतगुरु रविदास महाराज जी का जन्मदिन जरा 645वां अज नंगल करारखान सारी दुनिया के यह बहुत धूमधाम मनाया जाता, देसा प्रदेशों के दे भी मनाया जाता। मेरे सतगुरु की कृपा आया है जोड़ा कि सतगुरु रविदास महाराज जी के 645वां जन्मदिन जरा बड़े धूमधाम मनाया जाता, सतगुरु की कृपा ही है, सतगुरु की देन जी इन्नी कट के नंगल करारखान होया और बाहर भी पिंड बड़े श्रद्धा के नाल मनाए जाते हैं। सतगुरु रविदास महाराज जी ये चढ़ती कला च रखे, कौम को तरक्या बख्शे, गरीबों के रहबर सतगुरु रविदास महाराज जी जेडे के इन्हों की कृपा आ सारे पासे देसा प्रदेशों में जोड़े बैठे उन्होंने भी मेरे मैं लख लख बधाई दिंदा सतगुरु रविदास महाराज जी के जन्मदिन की। हम देखिया कि असं उन्होंने गलबात की और उन्होंने पूछा कि किन्नी ही उत्साह इन्होंने नज़र आया, होर भी कई झाकियाँ आ गई, होर भी गलबात पूछा, असं इजाजत लेंगे हाँ अपना पंजाब वैबनी तो।
ਅਸੀਂ ਨੰਗਲ ਕਰਾਂ ਖਾਂ ਪਿੰਡ ਦੇ ਵਿੱਚ ਆਏ ਹੋਏ ਹਾਂ, ਦੇਖਿਆ ਕਿ ਜਿਹੜੇ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਰਵਿਦਾਸ ਮਹਾਰਾਜ ਜੀ ਦਾ, ਉਹਦੇ ਵਿੱਚ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਔਰ ਦੇਖਿਆ ਜਾ ਰਿਹਾ ਕਿ ਪੇਸਟੀਆਂ ਦੇ ਵਿੱਚ ਲੰਗਰ ਲਗਾਏ ਜਾ ਰਹੇ ਆ ਜੋ ਕਿ ਬੜੇ ਹੀ ਜਿਹੜੇ ਬੱਚੇ ਆ ਪਸੰਦ ਕਰਦੇ ਆ, ਉਹਨਾਂ ਨਾਲ ਗੱਲਬਾਤ ਕਰਦੇ ਆ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ। ਐਸੀ ਪਹਿਲਾਂ ਮੈਂ ਆਪ ਜੀ ਨੂੰ 645ਵੇਂ ਗੁਰਪੁਰਬ ਦੀ ਪੂਰੇ ਸੰਸਾਰ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ। ਅੱਜ ਇਸ ਨੰਗਲ ਕਰਾਰਖਾਂ ਵਿਖੇ ਗੁਰਦਾਸ ਮਹਾਰਾਜ ਦਾ ਗੁਰਪੁਰਬ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਅਤੇ ਨਗਰ ਕੀਰਤਨ ਸਜਾਏ ਜਾ ਰਹੇ ਹਨ। ਐਸੀ ਲਾਲ ਤੁਝ ਬਿਨ ਕੌਣ ਕਰੇ ਗਰੀਬ ਨੂੰ ਸਜੇ ਮੇਰਾ ਮਾਥੇ ਸੱਤੇ ਰਹਾਓ ਜਾਂ ਕਿ ਸ਼ੁਜਕਤ ਕੋ ਲੱਗੇ ਤਾਂ ਪਰ ਨਿਟਰੇ ਨੀਚੋ ਉੱਚ ਕਰੇ ਮੇਰੇ ਗੋਬਿੰਦ ਕਾਹੂ ਤੇ ਡਰੇ ਨਾਮ ਦੇ ਕਵੀਤ ਲੋਚਨ ਸਦਨਾ ਸਹਿਨ ਤਰੇ ਕਹਿ ਰਵਦਾਸ ਸੁਨਰੇ ਸੰਤੋ ਹਰ ਜੀਓ ਅਤੇ ਸਭੇ ਸਰੇ ਸੱਚੇ ਪਾਤਸ਼ਾਹ। ਇਸ ਖੁਸ਼ੀਆਂ ਭਰਿਆ 645ਵਾਂ ਪੂਰੇ ਵਿਸ਼ਵ ਲਈ ਸ਼ੁਭ ਆਵੇ ਅਤੇ ਪੂਰੇ ਸੰਸਾਰ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ। ਜੈ ਗੁਰਦੇਵ, ਧੰਨ ਗੁਰਦੇਵ, ਜੋ ਬੋਲੇ ਸੋ ਨਿਰਭੈ, ਸਤਿਗੁਰਦਾਸ ਮਹਾਰਾਜ ਕੀ ਜੈ। ਤੁਸੀਂ ਦੇਖਿਆ ਕਿ ਕਿੰਨਾ ਉਤਸਾਹ ਨਜ਼ਰ ਆ ਰਿਹਾ ਉਹਨਾਂ ਦੇ ਵਿੱਚ, ਔਰ ਵੀ ਗੱਲਬਾਤ ਕਰਾਂਗੇ ਔਰ ਝਾਕੀਆਂ ਦਿਖਾਵਾਂਗੇ ਤੁਹਾਨੂੰ। ਪਿੰਡ ਦੇ ਵਿੱਚ ਆਏ ਹੋਏ, ਦੇਖਿਆ ਕਿ ਇੱਥੇ ਵੀ ਅੱਜ ਬਹੁਤ ਹੀ ਵਧੀਆ ਝਾਕੀਆਂ ਨਿਕਾਲੀਆਂ ਜਾ ਰਹੀਆਂ ਔਰ ਲੰਗਰ ਦਾ ਬੜੀ ਪਾਬੰਦ ਇੰਤਜ਼ਾਮ ਕੀਤੇ ਗਏ ਆ, ਔਰ ਉਹਨਾਂ ਦਾ ਪੁੱਛਾਂਗੇ ਔਰ ਗੱਲਬਾਤ ਕਰਾਂਗੇ। ਹਾਂਜੀ ਸਰ, ਜਿਹੜਾ ਰਵਿਦਾਸ ਮਹਾਰਾਜ ਦਾ 645ਵੇਂ ਦਾ ਦਿਵਸ ਦਿਹਾੜਾ ਮਨਾਇਆ ਜਾ ਰਿਹਾ, ਉਹਦੇ ਬਾਰੇ ਫਿਰ ਤੁਸੀਂ ਕੀ ਕਹਿੰਦੇ ਹੋ? ਜੈ ਗੁਰਦੇਵ, ਧੰਨ ਗੁਰਦੇਵ। ਸਾਰੇ ਵਿਸ਼ਵ ਦੇ ਵਿੱਚ ਅੱਜ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ 645ਵਾਂ ਪ੍ਰਕਾਸ਼ ਪੁਰਬ ਬੜੀ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਨੰਗਲ ਕਰਾਰਖਾਂ ਵਿੱਚ ਵੀ ਬੜੀ ਧੂਮਧਾਮ ਦੇ ਨਾਲ ਸਾਰੇ ਨਗਰ ਦੇ ਸਹਿਯੋਗ ਦੇ ਨਾਲ ਮਨਾਇਆ ਜਾ ਰਿਹਾ ਹੈ। ਸਾਰੇ ਨੇ ਵਿਸ਼ਵ ਨੂੰ, ਸਾਰੇ ਨਗਰ ਨੂੰ ਲੱਖ ਲੱਖ ਵਧਾਈਆਂ ਅਤੇ ਜੱਸਲ ਪਰਿਵਾਰ ਵੱਲੋਂ ਇੱਥੇ ਜੋ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ ਉਹਦੇ ਵਾਸਤੇ ਵੀ ਸਾਰੇ ਪਰਿਵਾਰ ਨੂੰ, ਸਾਰੇ ਮੁਹੱਲੇ ਨੂੰ ਬਹੁਤ ਬਹੁਤ ਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਜਨਮ ਦਿਹਾੜੀ ਦੀਆਂ ਬਹੁਤ ਬਹੁਤ ਵਧਾਈਆਂ। ਦੇਖਿਆ ਕਿ ਕਿੰਨਾ ਨੇ ਬਹੁਤ ਵਧੀਆ ਕੀਤਾ ਹੈ। ਗੁਰਦਾਸ ਮਹਾਰਾਜ ਕੀ ਜੈ। ਗੁਰਦਾਸ ਸ਼ਕਤੀ ਅਮਰ ਹੈ। ਗੁਰਦਾਸ ਸ਼ਕਤੀ ਅਮਰ ਹੈ। ਉਹਨਾਂ ਦੇ ਵੀ ਹੈਲੋ, ਸਾਰੀਆਂ ਸੰਤਾਂ ਨੂੰ ਬੇਨਤੀ ਹੈ ਵੀ ਆਪਣੀਆਂ ਸਾਨੂੰ ਅੱਜ ਤੱਕ ਕਦੇ ਦਿੱਤਾ ਹੈ ਮਖਾ ਪੀ ਰਾਉਣੀ ਅਪੇ।
सतगुर रविदास शक्ति, सतगुर रविदास शक्ति। टेंट हाउस जो बने सतगुर रविदास शक्ति, सतगुर रविदास शक्ति, रविदास शक्ति, श्री गुरु रविदास शक्ति, शक्ति रविदास शक्ति, सतगुर रविदास शक्ति। जो बने जिन्नी भी कुड़िया सारिया आ जाओ जिन्होंने गुरु बारे की सवारी दे के अपने जो बने सतगुर रविदास शक्ति, जो बने सो निर्वै सतगुर रविदास शक्ति, सतगुर रविदास शक्ति। जपो सतनाम 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 जी, वाहे गुरु वाहे गुरु वाहे गुरु जी, वाहे गुरु वाहे गुरु वाहे गुरु जी। ओ यार तुम मैं